ਦਿੱਲੀ ਪਹੁੰਚੇ ਹਾਂ ਅਤੇ ਉੱਥੇ ਜਦੋਂ ਵੇਖਿਆ ਵੀ ਮੁੰਡੇ ਦੇ ਬਾਰ ਮੂਹਰੇ ਵੀ ਕੁੜੀ ਦੇ ਬਾਰ ਮੂਹਰੇ ਵੀ ਪੁਲਿਸ ਲੱਗੀ ਆ, ਪੂਰੀ ਫੋਰਸ ਲਾਈ ਹੋਈ ਆ ਉਹਨਾਂ ਨੇ ਵੀ ਕੋਈ ਆਵੇ ਨਾ, ਹੈ ਨਾ। ਰੋ ਜਿਹੜੀ ਪੀੜਤ ਲੜਕੀ ਹੈਗੀ ਆ ਅਤੇ ਉਹਨੂੰ ਵੂਮੈਨ ਸੈੱਲ ਵਾਲਿਆਂ ਨੇ ਆਪਦੇ ਅੰਡਰ ਰੱਖਿਆ ਹੋਇਆ ਵੀ ਕੋਈ ਘਟਨਾ ਨਾ ਵਾਪਰ ਜੇ, ਵੀ ਜ਼ਿਆਦਾ ਹੰਗਾਮਾ ਨਾ ਹੋ ਜੇ। ਮੈਂ ਹੁਣ ਦਿੱਲੀ ਪਹੁੰਚਿਆ ਵਾਂ ਅਤੇ ਅੰਮ੍ਰਿਤ ਛਕਣਾ ਆਪਣੀ ਭੈਣ ਨੂੰ, ਕਹਿਣਾ ਲੜਕੀ ਕੋ ਬੋਲਣਾ ਬਹਿਣ ਕੋ ਅੰਮ੍ਰਿਤ ਛਕਣਾ, ਅੰਮ੍ਰਿਤ ਛਕਣਾ ਹੈ, ਠੀਕ ਆ। ਹਾਂ ਬੋਲੇ ਸੋਨਿਆ ਪੱਗ ਨੀ ਲਾਉਣੀ ਬਾਪੂ। ਅੱਛਾ ਜੀ ਠੀਕ ਹੈ, ਠੀਕ ਆ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਿਓ ਆ ਨਾ ਕੁੜੀ ਦਾ, ਆ ਪਿਓ ਕੁੜੀ, ਆ ਭੈਣ, ਆ ਭੈਣ ਛੋਟੀ ਹੈ। ਪੱਗ ਨੀ ਲਾਉਣੀ ਤੇ ਜਦੋਂ ਕੁੜੀ ਘਰੇ ਆਊਗੀ ਤੇ ਉਹਨੂੰ ਕਹਿ ਦੇਣਾ ਵੀ ਗੌਰਮੈਂਟ ਦਾ ਹੜਾ ਨੀ ਕੱਢਣਾ। ਕੁੜੀ ਨੂੰ ਕੀ ਕਹਿਣਾ ਭੈਣ ਨੂੰ? ਗੌਰਮੈਂਟ ਦਾ ਹੜਾ, ਸਰਕਾਰ ਮੂਹਰੇ ਮਿਹਨਤ ਨੀ ਕਰਨੀ ਤੇ ਉਹਦਾ ਬਦਲਾ ਲੈਣਾ, ਠੀਕ ਹੈ, ਠੀਕ ਆ, ਬਦਲਾ ਲੈਣਾ ਵਾ, ਠੀਕ ਹੈ, ਸਮਝ ਗਿਆ, ਠੀਕ ਆ, ਤਿਆਰ ਰੱਖ ਲਓ ਤੁਸੀਂ ਅੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ। ਘਰੇ ਨੀ ਬਹਿਣਾ, ਜਦੋਂ ਆ ਗਈ ਤੇ ਉਹਨੂੰ ਦੱਸਣਾ ਵੀ ਬਦਲਾ ਲੈਣਾ, ਹੋਰ ਕੁਛ ਨੀ, ਬਿਲਕੁਲ ਠੀਕ ਆ। ਨਹੀਂ ਨਹੀਂ ਰੋਮਤ ਰੋਮਤ ਰੋਮਤ, ਵਾਹਿਗੁਰੂ ਸਭ ਠੀਕ ਕਰੇਗਾ। ਨਾ ਨਾ ਤੁਸੀਂ ਸਾਨੂੰ ਯਾਦ ਕਰਿਓ, ਕੋਈ ਨਾ ਤੁਸੀਂ ਸਾਨੂੰ ਯਾਦ ਕਰਨਾ, ਅਸੀਂ ਆਵਾਂਗੇ। ਰੋਣਾ ਨੀ, ਫੋਨ ਨੰਬਰ ਹੈ ਸਾਰਿਆਂ ਦਾ। ਬੋਲੇ